ਗੋਲੀਕਾਂਡ ਮਾਮਲੇ 'ਚ ਘਿਰੇ ਅਤੇ ਆਪਣੇ ਅਹੁਦੇ ਤੋਂ ਹੱਥ ਤੋਂ ਬੈਠੇ IG ਉਮਰਾਂ ਲੰਗਰ ਦੁਆਰਾ ਫਰੀਦਕੋਟ ਦੀ ਸੈਸ਼ਨ ਕੋਰਟ 'ਚ ਜ਼ਮਾਨਤ ਅਰਜ਼ੀ ਲਗਾਈ ਗਈ ਸੀ, ਜਿਸ 'ਤੇ ਫਰੀਦਕੋਟ ਸੈਸ਼ਨ ਅਦਾਲਤ ਨੇ ਫੈਸਲਾ ਸੁਣਾਉਂਦੇ ਹੋਏ IG ਉਮਰਾਂ ਨੰਗਲ ਨੂੰ ਵੱਡੀ ਰਾਹਤ ਦਿੰਦੇ ਹੋਏ ਜ਼ਮਾਨਤ ਦੀ ਅਰਜ਼ੀ ਮਨਜ਼ੂਰ ਕਰ ਲਈ ਹੈ, ਜਿਸ ਨਾਲ IG ਉਮਰਾਂ ਨੰਗਲ ਨੂੰ ਵੱਡੀ ਰਾਹਤ ਮਿਲੀ ਹੈ। ਹਾਲਾਂਕਿ ਇਸ ਸਮੇਂ IG ਉਮਰਾਂ ਨੰਗਲ ਜੁਡੀਸ਼ੀਅਲ ਹਿਰਾਸਤ 'ਚ ਪਟਿਆਲਾ ਜੇਲ੍ਹ 'ਚ ਬੰਦ ਨੇ। ਹੁਣ ਦੇਖਣਾ ਇਹ ਹੋਵੇਗਾ ਕਿ ਉਮਰਾਂ ਨੰਗਲ ਨੂੰ ਅਦਾਲਤ ਵੱਲੋਂ ਜ਼ਮਾਨਤ ਮਿਲਣ ਤੋਂ ਬਾਅਦ ਜਾਂਚ ਟੀਮ ਦਾ ਅਗਲਾ ਕਦਮ ਕੀ ਹੋਵੇਗਾ। ਅੱਜ ਜ਼ਮਾਨਤ ਹੋ ਗਈ ਹੈ ਜੀ ਉਹਨਾਂ ਦੀ, ਜੱਜ ਸਾਹਿਬ ਹਰਪਾਲ ਸਿੰਘ ਸੈਸ਼ਨ ਜੱਜ ਜੀ ਨੇ ਜ਼ਮਾਨਤ ਮਨਜ਼ੂਰ ਕਰ ਲਈ ਹੈ ਜੀ 50,000 ਇੱਕ ਸ਼ਿਓਰਟੀ ਦੇ ਨਾਲ। ਸਾਡੇ ਪੰਜਾਬ ਪਕਸ਼ ਵੱਲੋਂ ਦਲੀਲਾਂ ਸੀ, 3 ਸਾਲਾਂ ਬਾਅਦ ਪਰਚਾ ਦਰਜ ਹੋਇਆ ਸੀਗਾ ਜੀ। 3 ਸਾਲਾਂ ਬਾਅਦ ਕੋਈ ਉਹਨਾਂ ਦਾ FIR 'ਚ ਨਾਂ ਨਹੀਂ ਸੀ, ਕੋਈ ਉਹਨਾਂ ਨੂੰ ਐਟਰੀਬਿਊਸ਼ਨ ਨਹੀਂ ਸੀ, ਉਹਨਾਂ ਨੇ ਕੋਈ ਲਲਕਾਰਾ ਮਾਰਿਆ ਜਾਂ ਉਹਨਾਂ ਨੇ ਕਿਸੇ ਨੂੰ ਇਸ਼ਾਰਾ ਕੀਤਾ। ਇਸ ਕਰਕੇ ਫਰਾਮ ਦਾ ਫੇਸ ਆਫ ਇੱਟ ਜਿਹੜਾ ਇਹ ਝੂਠਾ ਕੇਸ ਸੀਗਾ, ਜੋ ਕਿ ਕੋਰਟ ਨੇ ਬਿਲਕੁਲ ਸਹੀ ਫੈਸਲਾ ਕੀਤਾ। ਸਾਨੂੰ ਅਦਾਲਤਾਂ 'ਤੇ ਪੂਰਾ ਯਕੀਨ ਹੈ ਵੀ ਇਹਨਾਂ ਨੂੰ ਇਨਸਾਫ਼ ਮਿਲੂਗਾ ਜੀ। ਹੁਣ ਤੱਕ ਉਹ ਇਹਨਾਂ ਨੇ ਜੀ ਇੱਕ FIR ਬਾਜਾਖਾਨਾ ਥਾਣਾ ਵਿੱਚ ਦਰਜ ਹੋਏ, ਜੋ ਬਹਿਬਲ ਕਲਾਂ ਗੋਲੀਕਾਂਡ ਹੋਇਆ ਸੀ ਜਿਹਦੇ 'ਚ 2 ਨੌਜਵਾਨ ਮਾਰੇ ਗਏ ਸੀਗੇ, ਉਹਦੇ ਸੰਬੰਧ 'ਚ ਸੀਗੀ ਜੀ। ਉਹਦੇ 'ਚ ਹਾਈ ਕੋਰਟ ਨੇ ਬਲੈਂਕਟ ਬੇਲ ਦੇ ਦਿੱਤੀ ਹੈ ਵੀ ਇਹਨਾਂ ਨੂੰ ਅਰੈਸਟ ਕਰਨ ਤੋਂ ਪਹਿਲਾਂ 7 ਦਿਨ ਦਾ ਨੋਟਿਸ ਦਿੱਤਾ ਜਾਵੇ। ਇਸ ਕਰਕੇ ਉਹਦੇ 'ਚ ਇਹਨੂੰ ਅਰੈਸਟ ਨਹੀਂ ਕਰ ਸਕਦੇ ਉਸ ਕੇਸ ਦੇ ਵਿੱਚ ਪੁਲਿਸ। ਇਹ ਅਸੀਂ ਤਾਂ ਕੋਸ਼ਿਸ਼ ਕਰਦੇ ਹਾਂ ਜੀ ਅੱਜ ਹੀ ਹੈ, ਬਾਕੀ ਅਦਾਲਤ ਦੇ ਜਦੋਂ ਆਰਡਰ ਮਿਲ ਗਏ, ਜੇ ਅੱਜ ਕੋਈ ਅਦਾਲਤ ਦੇ ਆਰਡਰ ਦੀ ਦੇਰੀ ਹੋਗੀ ਤਾਂ ਫਿਰ ਕੱਲ੍ਹ ਨੂੰ, ਨਹੀਂ ਤਾਂ ਕੋਸ਼ਿਸ਼ ਸਾਡੀ ਤਾਂ ਅੱਜ ਹੀ ਹੈ ਜੀ। ਸਾਡੇ ਕੋਲ ਜ਼ਮਾਨਤੀ ਵਗੈਰਾ ਤਿਆਰ ਬੈਠੇ ਆ, ਅਸੀਂ ਜ਼ਮਾਨਤ ਭਰ ਦੇਵਾਂਗੇ ਜੀ ਅੱਜ। ਜੱਜ ਸਾਹਿਬ ਨੇ ਆਰਡਰ ਕਰਿਆ ਵੀ ਇਹਨਾਂ ਨੂੰ ਰਿਲੀਜ਼ ਕਰਿਆ ਜਾਵੇ ਜਿੰਨਾ ਚਿਰ ਕੇਸ ਚੱਲਦਾ। 50,000 ਰੁਪਈਏ ਦੀ ਸ਼ਿਓਰਟੀ ਇੱਕ ਦੇਣੀ ਹੈ ਜੀ, ਅਤੇ ਉਹ ਅਸੀਂ ਦੇਣ ਨੂੰ ਤਿਆਰ ਹਾਂ ਜੀ, ਅਸੀਂ ਦੇਵਾਂਗੇ ਕੋਰਟ ਦੇ ਹੁਕਮਾਂ ਮੁਤਾਬਕ ਜੀ। ਚੱਕਦੇ TV ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ। ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈੱਲ ਆਈਕਨ 'ਤੇ ਕਲਿੱਕ ਕਰਨਾ ਨਾ ਭੁੱਲਿਓ।